ਸ਼ਰਨਾ ਸ਼ਰਨਾ ਮੰਮੀ ਆ ਕੀ ਚੀਜ਼ ਆ ਗਏ? ਪੁੱਤ ਗੱਡੀ ਥਾਏ ਤੂੰ ਝਾੜੂ ਲਾਉਣ ਦੇ ਮੇਰੇ ਪੁੱਤ। ਮੰਮੀ ਤੂੰ ਝਾੜੂ ਨਾ ਲਾ ਤੇ ਮੈਂ ਆਪੇ ਤੇਰੀ ਮਾਂ ਨੇ ਝਾੜੂ ਲਾ ਲੈਣਾ। ਇਹ ਕਿੰਨਾ ਦੀ ਗੱਡੀ ਆ? ਇਹ ਪੁੱਤ ਚਾਚੂ ਨੇ ਗੱਡੀ ਲਾਈ ਹੈ, ਉਹਦੇ ਘਰ ਕੋਈ ਪਰੌਣੇ ਆਏ ਆ ਨਾ, ਤਾਂ ਉਹਦੇ ਘਰ ਜਗ੍ਹਾ ਨੇ, ਉਹਨਾਂ ਨੇ ਗੱਡੀ ਲਾਈ। ਉੱਠ ਮੇਰਾ ਪੁੱਤ। ਮੰਮੀ ਉੱਠਦੀ ਹੈ, ਮੈਂ ਝਾੜੂ ਲਾ ਲੈਣਾ ਸੀ ਮੰਮੀ, ਇਹ ਗੱਡੀ ਨਾ ਹੁੰਦੀ ਦੇ। ਕੋਈ ਨਹੀਂ ਕੋਈ ਨਹੀਂ, ਉੱਠ ਮੇਰਾ ਪੁੱਤ, ਆਪੇ ਮੈਂ ਝਾੜੂ ਲਾ ਲੂੰਗੀ। ਪੁੱਤ ਅੱਗੇ ਨਾ ਮੇਰੀ ਮਾਂ ਝਾੜੂ ਲਾਉਂਦੀ ਆ, ਤੂੰ ਨਾ ਮੇਰਾ ਪੁੱਤ ਝਾੜੂ ਲਾਇਆ। ਮੰਮੀ ਆ ਤੁਸੀਂ ਕਿਉਂ ਲਾਈ ਇੱਥੇ ਗੱਡੀ? ਪਹਿਲਾਂ ਡਰ ਗਈ ਨਾ ਕਿ ਤਾਂ ਸਰੀਰ ਠੰਡਾ ਪੈ ਗਿਆ, ਤੂੰ ਨਾ ਮੇਰਾ ਪੁੱਤ ਝਾੜੂ ਲਾ। ਪੁੱਤ ਝਾੜੂ ਮੇਰੀ ਲਾਉਣ ਲੱਗੀ, ਉਹਦੇ ਗੱਡੀ ਲਾ ਗਏ, ਪਰਾਉਣੇ ਨੇ ਚੱਲ ਜਾਣਾ, ਫਿਰ ਉਹਨੇ ਗੱਡੀ ਲਾ ਜਾਣੀ। ਮੇਰਾ ਪੁੱਤ ਸੱਠ ਤੇ ਨੀ ਲੱਗਿਆ? ਨਹੀਂ ਮੰਮੀ ਮੈਂ ਠੀਕ ਆ। ਚਲ ਆ ਮੇਰਾ ਪੁੱਤ, ਪਾਣੀ ਪੀਣਾ? ਮੰਮੀ ਨਹੀਂ ਪਾਣੀ ਨੀ ਪੀਣਾ। ਚਲ ਆ ਜਾ ਫਿਰ, ਆ ਮੇਰੀ ਧੀ ਅੰਦਰ ਆ ਮੇਰਾ ਪੁੱਤ, ਧਿਆਨ ਨਾਲ। ਮੈਂ ਝਾੜੂ ਡਿੱਗਾ ਇੱਥੇ, ਮੈਂ ਲਾ ਲੈਣਾ। ਕੋਈ ਨੀ ਝਾੜੂ ਡਿੱਗਾ, ਰਹਿੰਦੇ ਕੋਈ ਨੀ ਡਿੱਗਾ। ਮੰਮੀ ਇੱਥੇ ਗੱਡੀ ਤੇ ਆ ਗਿਆ ਜੀ। ਨਹੀਂ ਕੋਈ ਨੀ, ਕੋਈ ਨੀ ਆ ਗਿਆ, ਗੱਡੀ ਲਾਈ ਨਾ ਤਾਂ ਕਰਕੇ, ਆ ਮੇਰੀ ਧੀ ਤੂੰ ਧਿਆਨ ਨਾ ਚਲ। ਮੰਮੀ ਹਾਂ ਪੁੱਤ, ਤੁਸੀਂ ਕਿੱਥੇ ਬੂਹੇ ਅੱਗੇ ਲਾਈ ਆ ਲੱਗਦਾ? ਹਾਂ ਇੱਥੇ ਲਾਈ ਆ ਪੁੱਤ, ਚਲ। ਪੁੱਤ ਠੀਕ ਵਾ? ਹਾਂਜੀ ਮੰਮੀ। ਤੈਨੂੰ ਕਿੰਨੇ ਕਿਹਾ ਸੀ ਕੰਮ ਕਰਨ ਵਾਸਤੇ, ਤੂੰ ਕਾਹਤੋਂ ਨਹੀਂ ਕੰਮ ਕਰਨਾ? ਮੰਮੀ ਸਾਰਾ ਦਿਨ ਤੁਸੀਂ ਖਾਪਦੇ ਰਹਿੰਦੇ ਹੋ ਤੇ ਕਿੰਨਾ ਘਰ ਦਾ ਕੰਮ ਕਰਦੇ ਹੋ। ਕੋਈ ਨਹੀਂ, ਮੇਰਾ ਵੀ ਤੇ ਜੀ ਕਰਦਾ ਨਾ, ਮੈਂ ਸਾਰਾ ਦਿਨ ਮੰਜੀ ਤੇ ਲੰਮੇ ਪਈ ਰਹਿੰਦੀ ਆ। ਕੋਈ ਨਹੀਂ, ਮੈਨੂੰ ਵੀ ਹੁੰਦਾ ਕਿ ਮੈਂ ਸਾਰਾ ਕੰਮ ਕਰਾਂ। ਮੰਮੀ ਕੋਈ ਨਹੀਂ ਧੀਏ, ਜਦੋਂ ਤੂੰ ਠੀਕ ਹੋ ਜਾਏਂਗੀ ਨਾ ਫਿਰ ਮੈਂ, ਕੋਈ ਗੱਲ ਨਾ, ਤੂੰ ਸਾਰਾ ਕੰਮ ਕਰਿਆ ਕਰਨਾ, ਫਿਰ ਤੇਰੀ ਮਾਂ ਨੇ ਬਹਿ ਜਾ ਕਰਨਾ। ਹੁਣ ਮੇਰੇ ਪੁੱਤ ਵੱਡਾ ਤੇ ਹੋ ਗਿਆ, ਪਰ ਮੇਰੇ ਪੁੱਤ ਨੂੰ ਜਦੋਂ ਦੇਖਣਾ ਹੀ ਨਹੀਂ ਆ ਤੇ ਕੰਮ ਤੇ ਤੂੰ ਕੀ ਕਰਨਾ ਵਾ? ਤੂੰ ਨਾ ਮੇਰੇ ਤੇ ਕੰਮ ਨਹੀਂ, ਸਾਰੀ ਉਮਰ ਠੀਕ ਹੋਣਾ ਹੋਣਾ ਹੋਣਾ, ਜੇ ਮੈਂ ਉਦੋਂ ਦੀ ਠੀਕ ਨਹੀਂ ਨਾ ਹੋਈ। ਨਹੀਂ ਕੋਈ ਨਹੀਂ, ਹੁਣ ਵੀ ਨਹੀਂ ਹੋਣਾ ਮੰਮੀ, ਲੋਕਾਂ ਦੀ ਨਜ਼ਰ ਆ ਜਾਂਦੀ ਆ ਨਾ ਹੀ, ਰੱਬ ਦਾ ਕੀ ਮੈਂ ਮਾੜਾ ਕੀਤਾ ਵਾ ਕਿ ਮੇਰੀ ਧੀ ਦੀ ਨਜ਼ਰ ਨਾ ਆਊਗੀ? ਤੂੰ ਟੈਨਸ਼ਨ ਨਾ ਲੈ, ਕੋਈ ਨੀ ਤੇਰਾ ਇਲਾਜ ਸੋਹਣਾ ਕਰਾਵਾਂਗੇ ਤੇ ਵੇਖੀ ਤੂੰ ਠੀਕ ਹੋ ਜਾਣਾ। ਹਾਂ ਦਾਦੂ ਵੀ ਮੈਨੂੰ ਗਾਲਾਂ ਕੱਢਦੇ ਰਹਿੰਦੇ ਆ ਨਾ। ਕੋਈ ਨੀ ਪੁੱਤ, ਉਹ ਤੈਨੂੰ ਪਤਾ ਤਾਂ ਹੈਗਾ, ਤੂੰ ਕਦੇ ਕਿਸੇ ਚੀਜ਼ 'ਚ ਵੱਜਦੀ, ਕਦੇ ਕਿਸੇ 'ਚ ਵੱਜਦੀ ਆ ਕਿ ਹੁਣ ਉਹ ਰੋਟੀ ਪਾਣੀ ਖਵਾਉਣ ਦੇ ਹੁੰਦੇ, ਤਾਂ ਵੀ ਤੂੰ ਗਾੜੀ ਤੈਨੂੰ ਕੋਈ ਪਤਾ ਨਹੀਂ ਲੱਗਦਾ। ਜਿੱਥੇ ਮੈਂ ਤੈਨੂੰ ਬਾਲਦੀ ਨਾ ਧੀਏ, ਤੂੰ ਉੱਥੇ ਬੈਠੀ ਰਿਹਾ ਕਰ, ਮੈਂ ਆਪੇ ਆਣ ਕੇ ਤੈਨੂੰ ਅੰਦਰ ਬਾਹਰ ਕਰ ਦਿਆ ਕਰੂੰਗੀ। ਮੰਮੀ ਮੈਂ ਵੇਖਿਆ ਵਾ ਬਾਪੂ ਜਦੋਂ ਤੁਹਾਨੂੰ ਗਾਲਾਂ ਕੱਢਦੇ ਨਾ, ਕਿੱਦਾਂ ਉਹ ਕੰਮ ਗਲਤ ਕਰ ਦਿੰਦੀ, ਉਹ ਕਰ ਦਿੰਦੀ ਆ। ਮੰਮੀ ਤੁਸੀਂ ਰੋ ਨਾ, ਮੈਨੂੰ ਸਾਰਾ ਪਤਾ ਵਾ, ਇਹ ਨੀ ਕਿ ਮੈਨੂੰ ਦੇਖਦਾ ਨੀ ਹੈਗਾ ਤੇ ਮੈਂ ਆਪਣੀ ਮਾਂ ਦੇ ਅੱਥਰੂ ਨੀ ਵੇਖ ਸਕਦੀ। ਮੰਮੀ ਕੋਈ ਨੀ, ਤੁਸੀਂ ਨਾ ਰੋ। ਮੰਮੀ ਨਹੀਂ, ਮੈਂ ਰੋਣ ਨਹੀਂ ਟਾਈਪ। ਇੱਕ ਤੁਹਾਡੇ ਤੋਂ ਇਲਾਵਾ ਮੇਰਾ ਇਹ ਦੁਨੀਆ ਤੇ ਕੌਣ ਹੈ ਮੰਮੀ, ਕੋਈ ਜਿਹੜਾ ਮੈਨੂੰ ਸਮਝਦਾ ਵਾ? ਤੂੰ ਰੋ ਨਾ, ਮੈਂ ਨਹੀਂ ਰੋਂਦੀ, ਤੈਨੂੰ ਪਤਾ ਮੈਂ ਕਿਉਂ ਰੋਣਾ ਵਾ? ਮੇਰੀ ਧੀ ਇੰਨੀ ਚੰਗੀ ਮੇਰੇ ਨਾਲ, ਮੈਨੂੰ ਕਿਉਂ ਲੋੜ ਹੈ ਰੋਣ ਦੀ? ਤੂੰ ਬਸ ਕਿਸੇ ਦੀ ਟੈਨਸ਼ਨ ਨਹੀਂ ਲਿਆ ਕਰ, ਜੋ ਮਰਜ਼ੀ ਤੈਨੂੰ ਤੇਰਾ ਦਾਦਾ ਕਹਿੰਦਾ ਰਹੇ ਨਾ, ਮੇਰੀ ਧੀ ਪਰਵਾਹ ਨਹੀਂ ਕਰਨੀ। ਚੰਗਾ, ਜਦੋਂ ਮਾਂ ਨਾਲ ਹੋਵੇ ਨਾ ਫਿਰ ਨਹੀਂ ਧੀਆਂ ਨੂੰ ਕੋਈ ਟੈਨਸ਼ਨ ਹੁੰਦੀ। ਮੰਮੀ ਇੱਕ ਗੱਲ ਕਹਾਂ, ਆ ਜਿਹੜੀ ਗੱਡੀ ਲਾਈ ਹੈ ਨਾ, ਇਹ ਵੀ ਦਾਦੂ ਨੇ ਲਵਾਈ ਹੋਣੀ ਆ। ਚਲੋ ਕੋਈ ਗੱਲ ਨੀ, ਉਹਨੇ ਤਾਂ ਲਵਾ ਦਿੱਤੀ, ਚਲੋ ਉਹਦੇ ਘਰ ਜਗ੍ਹਾ ਹੈ ਨੀ, ਉਹਨੂੰ ਇਹ ਥੋੜਾ ਪਤਾ ਤੋਂ ਡਿੱਗੀ ਆ, ਇਹ ਹੁਣ ਉਹਨੂੰ ਪਤਾ ਲੱਗ ਜਾਂਦਾ ਨਾ। ਉਹਨੇ ਮੈਨੂੰ ਫੇਰ ਕਹਿਣਾ ਕਿ ਅੰਨੀ ਨੂੰ ਧੀ ਨੂੰ ਜੰਮਿਆ ਵਾ, ਤੈਨੂੰ ਪਤਾ ਤਾਂ ਹੈਗਾ ਪੁੱਤ ਸਾਰਾ ਕੁਛ। ਮੰਮੀ ਮੈਨੂੰ ਨਾ ਅੱਜ ਕੋਈ ਕਮੀ ਮਹਿਸੂਸ ਨਹੀਂ ਹੁੰਦੀ, ਮੈਂ ਸਾਰੇ ਕੰਮ ਕਰ ਲੈਣੀ ਆ। ਆ ਗੱਡੀ ਕਰਕੇ ਅੱਜ ਮੈਨੂੰ ਫੇਰ ਲੱਗਾ ਵਾ ਕਿ ਮੇਰੀ ਨਿਗਾਹ ਨਹੀਂ ਹੈਗੀ ਮੰਮੀ। ਕੋਈ ਨੀ ਮੇਰੇ ਪੁੱਤ, ਮੈਨੂੰ ਅੱਜ ਫੇਰ ਆਪਣੀ ਜ਼ਿੰਦਗੀ ਨੇਰਾ ਨੇਰਾ ਹੀ ਲੱਗਣ ਦੀ ਹੈ। ਕੋਈ ਨੀ ਪੁੱਤ, ਕੋਈ ਗੱਲ ਨਹੀਂ, ਸੋਚ ਕਦੇ ਨਹੀਂ ਹੋਇਆ, ਸਭ ਕੁਛ ਠੀਕ ਹੋ ਜਾਣਾ। ਮੈਂ ਗੱਡੀ ਉੱਧਰ ਕਢਾ ਦਿੰਦੀ ਹਾਂ, ਕੋਈ ਗੱਲ ਨਹੀਂ, ਤੇਰੇ ਦਾਦੇ ਨੂੰ ਕਹਿ ਕੇ ਤੂੰ ਨਾ ਕੋਈ ਗੱਲ ਕਰੀ ਆਪਣੇ ਦਾਦੇ ਨੂੰ। ਚੰਗਾ, ਜੇ ਤੂੰ ਕੋਈ ਗੱਲ ਕੀਤੀ ਨਾ ਤੇ ਪੁੱਤ ਉਹਨੇ ਫੇਰ ਮੈਨੂੰ ਲਾ ਲੈ ਗੱਲਾਂ ਕਰਨੀਆਂ। ਮੈਂ ਰੋਣਾ? ਨਹੀਂ ਮੈਂ ਰੋਣ ਦੇ ਨਹੀਂ, ਮੈਂ ਵੇਲੇ ਰੋਣੀ ਆ, ਮੈਂ ਨਹੀਂ ਰੋਂਦੀ ਹੈਗੀ। ਤੂੰ ਤਾਂ ਮੇਰਾ ਸ਼ੇਰ ਪੁੱਤ, ਤੂੰ ਕਿਉਂ ਰੋਣਾ ਵਾ? ਤੂੰ ਕਿਸੇ ਚੀਜ਼ ਦੀ ਟੈਨਸ਼ਨ ਨਹੀਂ ਲੈਣੀ, ਬਸ ਪੁੱਤ ਕੰਮ ਹੋ ਨਾ ਆਪੇ ਤੇਰੀ ਮਾਂ ਨੇ ਕਰ ਲੈਣਾ। ਮੈਂ ਕਿਹੜਾ ਡਿਊਟੀ ਜਾਣਾ ਵਾ ਤੇਰੇ ਕਰਕੇ ਹੀ, ਮੈਂ ਨਿੱਕੇ ਨਿੱਕੇ ਕੰਮ ਸਾਰਾ ਦਿਨ ਕਰਦੀ ਆ ਨਾ, ਤੂੰ ਭਾਰੀ ਭੂਰੀ ਕੁੱਖ ਨਾ ਕਰਿਆ ਕਰ। ਜਦੋਂ ਮੇਰਾ ਪੁੱਤ ਠੀਕ ਹੋ ਜੂ ਨਾ, ਜਿੰਨੇ ਮਰਜ਼ੀ ਕੰਮ ਕਰਿਆ ਕਰੀ। ਚੰਗਾ, ਦਵਾਈ ਖਾਧੀ ਆ? ਚਲ ਕੋਈ ਨੀ, ਜੇ ਦਵਾਈ ਖਾਧੀ ਆ ਨਾ ਤੇ ਫਿਰ ਠੀਕ ਆ ਪੁੱਤ। ਟਾਈਮ ਨਾਲ ਮੈਂ ਤੈਨੂੰ ਦਵਾਈ ਫੜਾ ਦਿੰਦੀ ਨਾ, ਮੇਰਾ ਪੁੱਤ ਸਿਰਹਾਣੇ ਨਾ ਰੱਖਿਆ ਕਰ, ਟਾਈਮ ਨਾਲ ਖਾ ਲਿਆ ਕਰ, ਠੀਕ? ਬਾਕੀ ਕੋਈ ਪਰਵਾਹ ਨਾ ਕਰਿਆ ਕਰ, ਤੂੰ ਹੀ ਮੇਰਾ ਧੀ, ਤੂੰ ਹੀ ਮੇਰਾ ਪੁੱਤ ਵਾ, ਆਪੇ ਸਾਰੀ ਨਜ਼ਰ ਤੇਰੀ ਠੀਕ ਹੋ ਜਾਣੀ ਆ। ਠੀਕ ਆ,
ਚੱਲ ਕੋਈ ਨੀ, ਕਰ ਲਾ ਤੂੰ ਲੰਮੇ ਪੈ ਲਾ ਜੇ ਪਾਣੀ ਪੀਣਾ ਲਿਆਵਾਂ। ਚੱਲ ਕੋਈ ਨੀ, ਲਾ ਲਾ ਮੇਰੇ ਪੁੱਤ ਚੱਪਲ ਲਾ ਲਾ ਤੇ ਪੈ ਜਾ ਲੰਮੇ, ਮੈਂ ਲਾ ਲੈਨੀ ਝਾੜੂ। ਮੈਂ ਕਿੱਦਾਂ ਦੀ ਧੀ ਹਾਂ ਆਪਣੀ ਮਾਂ ਦੀ, ਜਿਹੜੀ ਜਦੋਂ ਦੀ ਆਈ ਆ ਦੁਨੀਆਂ ਤੇ ਉਦੋਂ ਦੀ ਆਪਣੀ ਮਾਂ ਤੇ ਬੋਝ ਹੀ ਬਣੀ ਆ। ਸੁੱਖ ਦੇਣ ਦੀ ਦੂਰ ਦੀ ਗੱਲ, ਮੈਂ ਦੁੱਖ ਹੀ ਦੇਈ ਜਾਂਦੀ ਹਾਂ। ਮੈਂ ਤੇ ਸੋਚਦੀ ਹਾਂ ਕਿ ਮੈਂ ਕਾਮਯਾਬ ਹੋ ਜਾਂਗੀ, ਪਰ ਇਹ ਅੱਖਾਂ ਨੇ ਨਾ ਮੈਨੂੰ ਲੱਗਦਾ ਕਦੇ ਵੀ ਨਹੀਂ ਕਾਮਯਾਬ ਕਰਨਾ। ਮੈਂ ਤੇ ਆਪਣੇ ਮਾਂ ਪਿਓ ਤੇ ਨਾ ਬੋਝ ਹੀ ਬਣੀ ਆ। ਮੈਨੂੰ ਪਤਾ ਦਾਦੂ ਨੇ ਵੀ ਨਾ ਮੈਨੂੰ ਗਾਲਾਂ ਹੀ ਕੱਢਣੀਆਂ ਨੇ, ਸਾਰੀ ਜ਼ਿੰਦਗੀ ਉਹਨਾਂ ਨੇ ਮੈਨੂੰ ਗਾਲਾਂ ਹੀ ਕੱਢਦੇ ਰਹਿਣਾ ਵਾ। ਪਰ ਇਹਦੇ ਵਿੱਚ ਮੇਰੀ ਵੀ ਕੀ ਗਲਤੀ ਆ? ਮੈਂ ਨਹੀਂ ਚਾਹੁੰਦੀ ਕਿ ਮੇਰੀਆਂ ਅੱਖਾਂ ਹੋਣ, ਮੈਨੂੰ ਵੀ ਦਿਖੇ। ਮੈਂ ਕਿੰਨੀ ਦੁਖੀ, ਮੈਂ ਕੀ ਦੱਸਾਂ ਕਿਸੇ ਨੂੰ ਜਿਹਨੇ ਜਾਗ ਹੀ ਨਹੀਂ ਵੇਖਿਆ ਕਿੱਦਾਂ ਦਾ ਵਾ। ਸਮਝ ਤਾਂ ਮੈਨੂੰ ਸਾਰੀ ਹੈ, ਪਰ ਮੈਂ ਕਿਸੇ ਨੂੰ ਦੱਸ ਨਹੀਂ ਸਕਦੀ, ਕਿਸੇ ਨੂੰ ਦੱਸ ਨਹੀਂ ਸਕਦੀ। ਡੈਡੀ ਮੈਨੂੰ ਆਪਣੇ ਕੋਲ ਲੈ ਜਾਓ ਡੈਡੀ, ਮੈਂ ਇਹ ਦੁਨੀਆਂ 'ਚ ਨਹੀਂ ਰਹਿਣਾ ਚਾਹੁੰਦੀ। ਮੈਂ ਤੇ ਆਪਣੀ ਮਾਂ ਦੇ ਸਿਰ ਤੇ ਬੋਝ ਬਣੀ ਆ। ਚਲੋ ਸ਼ੁਕਰ ਆ, ਸਾਰੀਆਂ ਫੈਲਾਂ ਨਾ ਤੂੰ ਸਕਸੈਸਫੁਲੀ ਸੈਂਡ ਹੋ ਗਈਆਂ ਵਾ, ਹੈ ਨਾ। ਹੁਣ ਮੈਂ ਇੱਦਾਂ ਕਰਨਾ ਵਾ, ਅੰਮ੍ਰਿਤ ਭਾਅ ਜੀ ਨੂੰ ਫੋਨ ਕਰਕੇ ਪੁੱਛ ਲੈਂਦਾ ਵਾ ਕਿ ਫੈਲਾਂ ਤੁਹਾਡੇ ਕੋਲ ਪਹੁੰਚ ਗਈਆਂ ਵਾ। ਬਸ ਆ ਇੱਕ ਫੈਲ ਹੈਗੀ ਵੀ ਸੈਂਡ ਕਰੀ ਦੇਵਾਂ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਅੰਮ੍ਰਿਤ ਭਾਅ ਜੀ। ਹਾਂਜੀ ਹਾਂਜੀ ਵਧੀਆ, ਤੁਸੀਂ ਦੱਸੋ ਕਿੱਦਾਂ ਠੀਕ ਠਾਕ। ਮੈਂ ਕਿਹਾ ਮੈਂ ਨਾ ਤੁਹਾਨੂੰ ਡਾਕੂਮੈਂਟ ਸੈਂਡ ਕੀਤੇ ਆ, ਸਾਰੇ ਫਾਈਲਾਂ ਸੈਂਡ ਕੀਤੀਆਂ ਵਾ, ਮੈਨੂੰ ਚੈੱਕ ਕਰ ਲਓ ਤੁਸੀਂ। ਹਾਂਜੀ ਹਾਂਜੀ ਮੈਂ ਸਾਰੀਆਂ ਕਰਤੀਆਂ ਸੈਂਡ। ਠੀਕ ਠੀਕ ਹੈ, ਸਵੇਰੇ 9 ਵਜੇ? ਕੋਈ ਗੱਲ ਨਹੀਂ ਮੈਂ ਪਹੁੰਚ ਜਾਵਾਂਗਾ। ਹਾਂਜੀ ਇਹ ਕਿੱਥੇ ਲੱਗਣਾ ਸੈਮੀਨਾਰ ਭਰਾ ਆਪਣਾ? ਠੀਕ ਠੀਕ ਅੱਛਾ ਅੱਛਾ ਬੱਸ ਅੱਡੇ ਦੇ। ਕੋਈ ਗੱਲ ਨਹੀਂ ਮੈਂ ਨਾ ਤੁਹਾਡੇ ਕੋਲ ਸੁਬਹਾ 9 ਵਜੇ ਪਹੁੰਚ ਜਾਵਾਂਗਾ, ਤੁਸੀਂ ਨਾ ਮਾੜੀ ਜਿਹੀ ਫਿਲਸ ਆਪਣੇ ਚੈੱਕ ਕਰ ਲਓ, ਸਾਰੀ ਮੈਂ ਸੈਂਡ ਕਰਦੇ ਹਾਂ ਤੁਹਾਨੂੰ। ਜੇ ਕੋਈ ਕਮੀ ਪਿੱਛੇ ਰਹਿ ਜੂਗੀ ਨਾ ਮੈਨੂੰ ਦੱਸ ਦਿਓ ਬੈਕ ਕਾਲ ਕਰਕੇ, ਮੈਂ ਫਿਰ ਜਿਹੜਾ ਕਿ ਦੂਸਰੀ ਮੈਂ ਕੰਪਲੀਟ ਕਰ ਦਾਂਗਾ ਤੁਹਾਨੂੰ। ਨਹੀਂ ਨਹੀਂ ਕੋਈ ਗੱਲ ਨਹੀਂ, ਇਹਦੇ ਵਿੱਚ ਮਿਹਰਬਾਨੀ ਵਾਲੀ ਕਿਹੜੀ ਗੱਲ ਆ, ਤੁਸੀਂ ਕੋਈ ਗੱਲ ਨਹੀਂ ਜੇ ਹੋਰ ਵੀ ਕੋਈ ਕੰਮ ਹੋਊਗਾ ਮੈਨੂੰ ਦੱਸ ਦਿਓ, ਠੀਕ ਆ। ਮੈਂ ਘਰ ਵਿੱਚ ਫਰੀ ਹਾਂ, ਕੋਈ ਗੱਲ ਨਹੀਂ ਮੈਂ ਤੁਹਾਡਾ ਕੰਮ ਕਰ ਦਾਂਗਾ। ਕੋਈ ਗੱਲ ਨਹੀਂ ਕੋਈ ਗੱਲ ਨਹੀਂ, ਹਾਂਜੀ ਮੈਂ ਪਹੁੰਚ ਜਾਂਗਾ ਸਵੇਰੇ 9 ਵਜੇ। ਠੀਕ ਆ ਠੀਕ ਠੀਕ, ਚੱਲ ਮੈਂ ਨਾ ਇੰਨਾ ਕੰਮ ਕਰ ਲੈਂਦੀ। ਉੱਦਾਂ ਨਾ ਮੇਰੀ ਧੀ ਇਹੀ ਟੈਨਸ਼ਨ ਲੈਣ ਡਈ ਕਿ ਮਾਂ ਕੋ ਕੰਮ ਨਹੀਂ ਹੋਣਾ, ਮੈਂ ਕੀ ਕਰਾਂ, ਮੈਨੂੰ ਸਮਝ ਨਹੀਂ ਆਉਂਦੀ ਮੈਂ ਤਾਂ ਦੁੱਖ ਕਿੱਦਾਂ ਸਾਂਝਾ ਕਰਾਂ, ਕੁਛ ਨਹੀਂ ਪਤਾ ਲੱਗਦਾ। ਡੈਡੀ ਆ ਗਏ ਜੀ? ਹਾਂਜੀ। ਤੂੰ ਕਿੱਥੇ ਗਏ ਤੇ? ਮੈਂ ਗਿਆ ਬਾਹਰ ਨੂੰ ਬੰਬੀ ਵੱਲ ਨੂੰ। ਡੈਡੀ ਤੁਸੀਂ ਆ ਗੱਡੀ ਕਾਹਤੋਂ ਵੇੜੇ ਚ ਲਵਾਈ ਆ, ਕੁੜੀ ਨੂੰ ਸੱਟ ਲੱਗ ਚੱਲੀ। ਓਏ ਹੁਣ ਜੇ ਕੋਈ ਕਹਿ ਦੇਵੇ ਤਾਂ ਹੁਣ ਲਾਉਣੀ ਪੈਂਦੀ, ਕੀ ਕਰੇ ਉਹਨਾਂ ਆਪਣਾ ਗੱਡੀ ਲਾਉਣ ਤੋਂ ਵੀ ਰੋਕਦੇ ਆ ਉਹਨਾਂ ਦੇ। ਪਰ ਤੁਹਾਨੂੰ ਪਤਾ ਤਾਂ ਹੈਗਾ ਸ਼ਰਮ ਦਾ, ਉਹਦੇ ਤੇ ਇੰਨਾ ਜਿੰਨਾ ਥਾਂ ਉਹਦੇ ਵਾਸਤੇ ਉਹਦੀ ਜ਼ਿੰਦਗੀ, ਉਹਨੇ ਇੱਥੇ ਘੁੰਮਣਾ। ਰਿਸ਼ਤੇਦਾਰ ਆਏ ਤੋਂ ਲੱਗੇ ਆ,
ਤੇ ਤੁਸੀਂ ਉਹਨੂੰ ਆਖਣਾ ਸ਼ਰਨ ਨੂੰ ਕਹਿਣਾ ਅੰਦਰ ਪਿਆ ਕਰੇ, ਉਹ ਕਾਹਤੋਂ ਬਾਹਰ ਨਿਕਲਦੀ ਆ? ਅੰਦਰ ਤਾਂ ਡੈਡੀ ਉਹ ਸਾਰਾ ਦਿਨ ਹੀ ਬੈਠੀ ਰਹਿੰਦੀ, ਸਾਰਾ ਦਿਨ ਮੇਰੀ ਧੀ ਬਾਹਰ ਨਹੀਂ ਕਿਤੇ ਨਿਕਲਦੀ, ਹੁਣ ਇੱਥੇ ਗਸ਼ ਖਾ ਕੇ ਤੇ ਡੈਗ ਚੱਲੀ ਤੇ ਮੇਰੇ ਕੋਲ ਕਿਤੇ ਵੇਖਿਆ ਨਹੀਂ ਜਾਂਦਾ। ਤੇ ਖਿਆਲ ਰੱਖਿਆ ਕਰੋ ਤੁਸੀਂ ਥੋੜਾ ਬਹੁਤਾ ਉਹਦਾ। ਖਿਆਲ ਤੇ ਮੈਂ ਰੱਖਣ ਨਹੀਂ, ਹੁਣ ਤੁਹਾਨੂੰ ਪਤਾ ਕੰਮ ਵੀ ਘਰ ਦਾ ਕੋਈ ਕਰਨਾ ਹੁੰਦਾ ਵਾ, ਤੇ ਮੇਰੇ ਕੋਲ ਵੇਖ ਹੀ ਨਹੀਂ ਗਈ ਅੱਜ ਉਹ ਕੰਧ 'ਚ ਵਾਈ। ਤੁਸੀਂ ਨਾ ਵਿਹੜੇ 'ਚ ਨਾ ਸਗੋਂ ਕੋਈ ਚੀਜ਼ ਹੁੰਦੀ ਵੀ ਨਾ ਤਾਂ ਉਹ ਵੀ ਪਰੇ ਕਰ ਦਿਆ ਕਰੋ, ਤੁਹਾਨੂੰ ਪਤਾ ਜੇ ਸੱਟ ਲੱਗ ਗਈ ਤੇ ਫਿਰ ਮੰਜੇ ਤੇ ਪੈ ਜਾਊਗੀ। ਠੀਕ ਆ ਤੇਰੀ, ਪਰ ਹੁਣ ਉਹ ਜੇ ਕੋਈ ਰਿਸ਼ਤੇਦਾਰ ਉਹਨਾਂ ਦਾ ਆਇਆ ਸੀ, ਉਹ ਕਹਿੰਦੇ ਚੱਲ ਲਾਉਣੀ ਅਸੀਂ ਰਾਤ ਨੂੰ ਸਵੇਰੇ ਚੱਲ ਜਾਣਾ ਵਾ, ਪਰ ਚੱਲ ਕੋਈ ਨਹੀਂ ਉਹਨੂੰ ਕੀ ਕਹਿੰਦੇ ਉਹਨੂੰ ਹੁਣ। ਚੱਲ ਹੁਣ ਤੇ ਕੋਈ ਗੱਲ ਨਹੀਂ, ਲਵਾ ਤੇ ਗਾੜੀ ਤੋਂ ਡੈਡੀ ਕੋਈ ਚੀਜ਼ ਲਵਾਇਓ। ਨਹੀਂ ਲਾਉਂਦੇ ਕੋਈ ਗੱਲ ਨਹੀਂ, ਤੇ ਉਹਨੂੰ ਤਾਂ ਤੁਸੀਂ ਥੋੜਾ ਖਿਆਲ ਰੱਖਿਆ ਕਰੋ ਨਾ, ਉਹਨੂੰ ਜੇ ਬਾਹਰ ਬੂਹਰ ਨਿਕਲਦੀ ਆਪ ਨਾਲ ਖਲੋਗੇ, ਉਹਨੂੰ ਆਖਿਆ ਵੀ ਐਨੂੰ ਚੱਲ ਜਾ ਐਨੂੰ ਚੱਲ ਜਾ। ਆਹੋ ਖਿਆਲ ਤੇ ਮੈਂ ਰਾਤ ਦੀ ਆ, ਪਰ ਤੁਹਾਨੂੰ ਪਤਾ ਭਾਵੇਂ ਉਹਨੀ ਆ ਨਾ, ਪਰ ਮੈਨੂੰ ਕਦੇ ਜਾਪਣ ਨਹੀਂ ਦਿੰਦੀ ਕਿ ਤੈਨੂੰ ਦੀਦਾ ਨਹੀਂ ਆ, ਉਹ ਐ ਤੁਰੀ ਫਿਰਦੀ ਆ, ਪਰ ਅੱਜ ਗਾੜੀ ਚੀਜ਼ ਤੇ ਇਸ ਕਰਕੇ ਵੱਜ ਗਈ ਨਾ ਤਾਂ ਇੰਨੇ ਕੁ ਥਾਂ 'ਚ ਤੁਹਾਨੂੰ ਸਾਰਾ ਪਤਾ ਕਿੱਧਰ ਨੂੰ ਜਾਣਾ ਕਿੱਥੇ ਨਹੀਂ ਜਾਣਾ। ਤੇਰੀ ਚਲੋ ਤੁਰੀ ਫਿਰਦੀ ਆ, ਚਲੋ ਕੋਈ ਗੱਲ ਨਹੀਂ, ਪਰ ਹੁਣ ਅੱਜ ਉਹ ਮਜਬੂਰੀ ਦਾ ਕਰਕੇ ਆ, ਨਹੀਂ ਤੇ ਮੈਂ ਹੁਣ ਇੱਥੇ ਕੀ ਲੋਨ ਲਵਾਉਣਾ ਵਾ ਉਹਨਾਂ ਨੂੰ। ਚਲੋ ਕੋਈ ਨਹੀਂ, ਪਰ ਅੱਗੇ ਤੋਂ ਚਲੋ ਅੱਗੇ ਤੋਂ ਤੁਸੀਂ ਧਿਆਨ ਰੱਖਿਓ। ਨਹੀਂ ਨਹੀਂ ਅੱਗੇ ਤੋਂ ਨਹੀਂ ਲਵਾਇਆ, ਸਾਰਾ ਤੁਹਾਨੂੰ ਪਤਾ ਜੋ ਬਚਪਨ ਤੋਂ ਲੈ ਕੇ 19-20 ਸਾਲਾਂ ਦੀ ਹੋ ਗਈ ਹੈ, ਤਾਂ ਉਹਨੂੰ ਤਾਂ ਇਕੱਲਾ ਘਰ ਦਾ ਚਲੋ ਥਾਂ ਦਾ ਪਤਾ ਲੱਗ ਜਾਂਦਾ, ਇਸੇ ਕਰਕੇ ਮੈਂ ਕਿਤੇ ਬਾਹਰ ਨਹੀਂ ਨਿਕਲਦੀ। ਨਹੀਂ ਨਹੀਂ ਗਾਂ ਹੁਣ ਲਾਉਣੀ ਨਹੀਂ, ਕੋਈ ਜਾਂਦੀ ਹੈ ਨਾ ਬਾਹਰ ਕਿਤੇ ਕਿਤੇ ਖੇਡਣ ਤੇ ਕਦੇ ਕੋਈ ਚਾਚੀ ਤਾਈ ਸਿਰ 'ਚ ਪਟੋਕੀ ਮਾਰਦੀ, ਕਿਤੇ ਕੋਈ ਪਟੋਕੀ ਮਾਰਦੀ ਹੈ, ਤਾਂ ਉਹਨੂੰ ਕਿਹੜਾ ਵਿਚਾਰੀ ਨੂੰ ਪਤਾ ਲੱਗਦਾ? ਜੇ ਉਹਨੂੰ ਦੀਦਾ ਹੋਵੇ ਤਾਂ ਉਹਨੂੰ ਪਤਾ ਨਾ ਲੱਗੇ ਮੇਰੀ ਧੀ ਨੂੰ। ਨਹੀਂ ਨਹੀਂ ਅਸੀਂ ਗੱਡੀ ਲੈ ਇੱਥੇ ਕਿਸੇ ਦੀ ਕੋਈ ਚੀਜ਼ ਲਾਉਣੀ ਨਹੀਂ, ਕਿਤੇ ਵਿਹੜੇ 'ਚ ਵਿਹੜੇ 'ਚ ਰੱਖਿਆ ਨਾ ਕਰੋ ਕੋਈ ਚੀਜ਼। ਚਲੋ ਕੋਈ ਨਹੀਂ, ਚਲੋ ਤੁਸੀਂ ਪਾਓ ਫਿਰ ਮੈਂ ਲਿਆਉਂਦੀ ਕੋਈ ਚਾਹ ਪਾਣੀ। ਆਹੋ ਤੇ ਤੁਸੀਂ ਵਿਹੜੇ 'ਚ ਕੋਈ ਰੱਖਿਆ ਨਾ ਕਰੋ ਚੀਜ਼, ਨਾਲੇ ਤੁਸੀਂ ਇਹ ਜੋ ਬਾਹਰ ਅੰਦਰ ਜਾਂਦੀ ਨਹੀਂ ਥੋੜਾ ਜਿਹਾ ਖਿਆਲ ਰੱਖਿਆ ਕਰੋ ਨਾ। ਕੋਈ ਨਹੀਂ ਕੋਈ, ਆਹੋ ਕਿਤੇ ਬੂਹੇ ਨੂੰ ਠੇਡਾ ਖਾ ਲੈਂਦੀ ਹੈ ਚਾਹੇ ਕਿਸ ਤਰ੍ਹਾਂ ਖਾ ਲੈਂਦੀ ਹੈ, ਕੋਈ ਗੱਲ ਨਹੀਂ, ਹੁਣ ਜਿਹੜੀ ਮਹਾਰਾਜ ਨੇ ਕਰਤਾ ਹੁਣ ਉਹਦੇ ਵਸ ਵਾਲੇ 'ਚ ਵੀ ਕੋਈ ਗੱਲ ਨਹੀਂ ਗੀ। ਚਲੋ ਕੋਈ ਨਹੀਂ, ਤੁਸੀਂ ਨਾ ਉਹਨੂੰ ਪੁੱਛੋ ਫਿਰ, ਉਹਨੇ ਹੋਰ ਤਰ੍ਹਾਂ ਕਰਨਾ, ਉਹ ਤੇ ਮਹਿਸੂਸ ਹੀ ਨਹੀਂ ਹੋਣ ਦਿੰਦੀ ਆਪਣੇ ਆਪ ਨੂੰ। ਨਹੀਂ ਨਹੀਂ ਕੋਈ ਗੱਲ ਨਹੀਂ, ਹੁਣ ਇਹ ਤਾਂ ਹੁਣ ਬਹੁਤ ਹੀ ਆਹੋ ਉਹਨਾਂ ਨੇ ਕਹਿਤਾ ਇਹਨੇ, ਮੈਂ ਆਖਿਆ ਚੱਲ ਲਾ ਲਓ ਮੇਰੀ ਕੁਛ ਨਹੀਂ ਹਾਲ ਮੇਰੀ ਧੀ ਦਾ, ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਕੀ ਕਰਾਂ। ਮੈਂ ਬਥੇਰਾ ਹਾਂ ਕਿ ਮੇਰੀ ਧੀ ਨੂੰ ਜਾਪੇ ਨਾ, ਮੇਰੀ ਧੀ 'ਚ ਵੀ ਬੜਾ ਹੌਸਲਾ ਵਾ, ਜਾਪਣ ਵੀ ਨਹੀਂ ਉਹ ਕਦੇ ਮੈਨੂੰ ਦਿੰਦੀ, ਪਰ ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਕਰਾਂ ਤੇ ਕਰਾਂ ਕੀ। ਦਾਦਾ ਜੀ ਮੈਂ ਗੱਡੀ ਨੂੰ ਕੁਝ ਨਹੀਂ ਕੀਤਾ, ਮੈਂ ਨਹੀਂ ਕੁਝ ਕੀਤਾ, ਉਹ ਤੇ ਮੇਰੇ ਪੈਰਾਂ 'ਚ ਵੱਜ ਗਈ, ਮੈਨੂੰ ਨਹੀਂ ਆਪ ਪਤਾ ਲੱਗਾ। ਦਾਦਾ ਜੀ ਮੈਨੂੰ ਨਹੀਂ ਪਤਾ ਲੱਗਾ, ਮੈਂ ਨਹੀਂ ਕੁਝ ਕੀਤਾ, ਮੈਨੂੰ ਨਾ ਕੁਝ ਕਿਹੋ। ਤੇ ਗੱਡੀ ਨੂੰ ਕੀ ਹੋ ਗਿਆ? ਦਾਦਾ ਜੀ ਉਹ ਨਾ ਮੇਰਾ ਪੈਰ ਵੱਜ ਗਿਆ ਤੇ ਮੈਂ ਡਿੱਗੀ ਆ। ਫਿਰ ਕੀ ਵੱਜ ਗਿਆ? ਤੇ ਪੀ ਛੱਡ ਤੇ ਲੱਗੀ? ਨਹੀਂ ਦਾਦਾ ਜੀ, ਤੂੰ ਕਾਹਤੋਂ ਬਾਹਰ ਨਿਕਲੀ? ਮੈਂ ਠੀਕ ਆ, ਕੋਈ ਮੈਨੂੰ ਕੁਝ ਕਹਿਣਾ ਨਹੀਂ ਆ, ਮੰਮੀ ਨੂੰ ਵੀ ਨਹੀਂ ਕੁਝ ਕਹਿਣਾ, ਇਹਦੇ ਵਿੱਚ ਮੰਮੀ ਦਾ ਕੋਈ ਕਸੂਰ ਨਹੀਂ। ਨਹੀਂ ਕੀ ਕਹਿਣਾ ਮੈਂ ਕਿਸੇ ਨੂੰ, ਕੀ ਕਹਿਣਾ ਵਾ? ਤੇ ਜਦੋਂ ਬਾਹਰ ਨਿਕਲਦੀ ਨਹੀਂ ਮੰਮੀ ਆਪਣੀ ਆਵਾਜ਼ ਮਾਰ ਲਿਆ ਕਰਨਾ, ਉਹਨੂੰ ਨਾਲ ਲੈ ਕੇ ਫਿਰ ਨਿਕਲਿਆ ਕਰ। ਉਹ ਗੱਡੀ ਉਹਨਾਂ ਦੇ ਰਿਸ਼ਤੇਦਾਰ ਆਏ ਸੀ ਕਰਕੇ ਉਹ ਲਾਈ ਸੀ ਉੱਥੇ। ਚੱਲ ਕੋਈ ਨਹੀਂ, ਛੱਡ ਤੇ ਲੱਗੀ ਤੈਨੂੰ? ਨਹੀਂ ਦਾਦਾ ਜੀ ਮੈਂ ਤਾਂ ਇਹ ਸੋਚਿਆ ਸੀ ਕਿ ਮੰਮੀ ਨਾਲ ਥੋੜਾ ਬਹੁਤਾ ਕੰਮ ਕਰਾਵਾਂ ਕਰਾਂ, ਮੰਮੀ ਵਿਚਾਰੇ ਇਕੱਲੇ ਹੀ ਸਾਰਾ ਕੰਮ ਕਰਦੇ ਨੇ, ਤਾਂ ਮੈਨੂੰ ਵੀ ਨਹੀਂ ਚੰਗਾ ਲੱਗਦਾ ਜਦੋਂ ਮੰਮੀ ਸਾਰਾ ਹੀ ਕੰਮ ਕਰਦੇ ਨੇ। ਕੋਈ ਨਹੀਂ ਕਰਦੇ ਆ, ਫਿਰ ਕੀ ਆ, ਉਹ ਤਾਂ ਇੱਦਾਂ ਨਹੀਂ ਕਰੀਦਾ ਹੁੰਦਾ, ਕਰਦੇ ਆ ਦੇ। ਹੁਣ ਤੂੰ ਨਹੀਂ ਕਰਦਾ ਕਰ ਸਕਦੀ ਤਾਂ ਹੁਣ ਕੀ ਕਰਨਾ, ਫਾਹ ਲੈ ਲੈਣਾ ਵਾ, ਉਹ ਇੱਦਾਂ ਨਾ ਰੋਇਆ ਨਾ ਕਰ। ਦਾਦਾ ਜੀ ਮੇਰੀ ਜ਼ਿੰਦਗੀ ਕਿੱਦਾਂ ਦੀ ਆ, ਲੋਕੀ ਕਿੰਨੇ ਸੋਹਣੇ ਨੇ, ਮੇਰੀਆਂ ਰਾਮਣੀ ਸ਼ੁਰੂ ਤੋਂ ਹੀ ਅੱਖਾਂ ਲੱਲੀਆਂ ਨੇ, ਮੈਂ ਕੀ ਮਾੜਾ ਕੀਤਾ ਹੈ ਕਿ ਇਹਦਾ? ਦਾਦਾ ਜੀ ਚੱਲ ਕੋਈ ਨਹੀਂ, ਕੋਈ ਮਹਾਰਾਜ ਦੇ ਰੰਗ ਵਾ ਇਹਦੇ ਵਿੱਚ ਕੀ ਕਰ ਸਕਦਾ ਕੋਈ, ਕਿਹਦੇ ਪਾਸ ਵਾਲੀ ਗੱਲ ਵਾ। ਹੁਣ ਬਥੇਰੀ ਥਾਈ ਵੀ ਖਾਧਿਆ ਤੈਨੂੰ, ਨਹੀਂ ਗੱਲ ਬਣੀ ਤਾਂ ਹੁਣ ਕੀ ਕਰੀਏ ਹੁਣ ਦੱਸ। ਦਾਦਾ ਜੀ ਹੁਣ ਮਹਾਰਾਜ ਕਰੂਗਾ ਫੇਰੀ ਆ। ਦਾਦਾ ਜੀ ਇਹ ਗੱਡੀ ਕਿੰਨਾ ਦੀ ਆ? ਉਹ ਇਹਨਾਂ ਦੇ ਆਏ ਰਿਸ਼ਤੇਦਾਰ ਆ।
ਕੋਈ ਨੀ ਤੁਸੀਂ ਰਹਿਣ ਦਿਓ, ਗੱਡੀ ਦੀ ਕੋਈ ਗੱਲ ਨੀ ਆ, ਉਹਨੇ ਚੱਲ ਜਾਣਾ ਨਾ, ਜਿੱਥੇ ਲੱਗੀ ਹੈ ਨਾ ਉੱਥੇ ਹੀ ਰਹਿਣ ਦਿਓ ਵੀ, ਸਵੇਰੇ ਚੱਲ ਜਾਣਾ ਉਹਨਾਂ ਨੇ, ਨਹੀਂ ਕੋਈ ਗੱਲ ਨੀ ਮੈਂ ਠੀਕ ਆ, ਤੁਸੀਂ ਗੱਡੀ ਉੱਥੇ ਹੀ ਰਹਿਣ ਦਿਓ ਵੀ, ਗੱਡੀ ਉੱਥੇ ਹੀ ਆ, ਗੱਡੀ ਕਿੱਥੇ ਜਾਣੀ ਆ ਤੂੰ ਹਜੇ ਤੱਕ, ਉਹ ਤਾਂ ਇੰਨਾ ਡਰਦੀ ਕਿਉਂ ਮੇਰੇ ਕੋਲ, ਮੈਂ ਤੈਨੂੰ ਕਦੀ ਝੋਕਿਆ ਨਹੀਂ ਦਾਦਾ ਜੀ, ਮੈਂ ਡਰਦੀ ਨੀ ਹੈਗੀ ਤੁਹਾਡੇ ਕੋਲ, ਨਾ ਤੈਨੂੰ ਮੰਮੀ ਨੂੰ ਕਦੀ ਝੋਕਿਆ ਨਾ ਤੈਨੂੰ ਕਿਹਾ, ਉਹ ਤਾਂ ਘਰਾਂ ਦੇ ਵਿੱਚ ਕੋਈ ਗੱਲਬਾਤ ਹੋ ਜਾਂਦੀ ਹੈ ਤੇ ਉਹ ਚਲੋ ਮਾੜਾ ਮੋਟਾ ਹੋ ਜਾਂਦਾ, ਤੇ ਤੂੰ ਕਾਹਤੋਂ ਡਰਦੀ ਹੁੰਦੀ, ਹੁਣ ਤੇਰਾ ਇਲਾਜ ਚੱਲਣ ਡਿਆ, ਦਵਾਈ ਤੂੰ ਖਾਣ ਡਈ ਆ, ਆਪੇ ਮਹਾਰਾਜ ਕਿਰਪਾ ਕਰੂਗਾ। ਦਾਦੂ ਮੈਨੂੰ ਇੰਨਾ ਪਤਾ ਵਾ ਨਾ ਦਾਦਾ ਜੀ, ਸਾਰਾ ਘਰ ਦਾ ਖਰਚਾ ਤੁਸੀਂ ਚੁੱਕਿਆ ਵਾ, ਤੇ ਤੁਸੀਂ ਜਦੋਂ ਪੈਸਿਆਂ ਦਾ ਵਾਧਾ ਘਾਟਾ ਹੁੰਦਾ ਵਾ ਨਾ ਤੁਸੀਂ ਮੰਮੀ ਨੂੰ ਕਹਿੰਦੇ ਜੇ, ਪਰ ਮੰਮੀ ਪੈਸਾ ਉਹ ਏਦਾਂ ਫਜ਼ੂਲ ਨੀ ਖਰਚ ਕਰਦੇ, ਮੰਮੀ ਜਿੱਥੇ ਲੋੜ ਹੈ ਨਾ ਉੱਥੇ ਹੀ ਖਰਚ ਕਰਦੇ ਨੇ, ਖਾਸ ਕਰ ਮੇਰੀਆਂ ਦਵਾਈਆਂ ਦਾ ਹੀ ਲੱਗਦੇ ਨਾ ਦਾਦਾ ਜੀ, ਮੈਂ ਕਿਹਦਾ ਚਾਹੁੰਦੀ ਆ, ਘਰਾਂ ਦੇ ਵਿੱਚ ਸੌ ਕੰਮ ਗੱਲਬਾਤ ਹੋ ਜਾਂਦੀ ਆ, ਏਦਾਂ ਦੇ ਨੀ ਕਰੀਦਾ ਹੁੰਦਾ। ਦਾਦਾ ਜੀ ਇੱਕ ਤਾਂ ਰੱਬ ਨੇ ਸਾਨੂੰ ਗਰੀਬੀ ਦੇ ਦਿੱਤੀ, ਤੋਂ ਤੋਂ ਮੈਨੇ ਮੁਸੀਬਤ ਪਾ ਦਿੱਤੀ, ਇੱਕ ਪਾਸੋਂ ਹੀ ਚੰਗੇ ਹੁੰਦੇ ਤਾਂ ਵੀ ਵਧੀਆ ਸੀ। ਉਹ ਨਹੀਂ ਨਹੀਂ ਪੁੱਤ, ਏਦਾਂ ਨੀ ਕਰੀਦਾ ਹੁੰਦਾ, ਕੋਈ ਨੀ ਮੁਸੀਬਤ ਕਾਹਦੀ ਆ, ਦਵਾਈ ਤੇਰੀ ਚੱਲਣ ਡਈ ਆ, ਕੋਈ ਗੱਲ ਨੀ, ਕਿਰਪਾ ਕਰਦੇ ਨੀ ਮਹਾਰਾਜ ਨੇ, ਤੇ ਤੂੰ ਏਦਾਂ ਨਾ ਕਰਿਆ ਕਰ, ਤੁਸੀਂ ਰੋਇਆ ਨਾ ਕਰ, ਨਹੀਂ ਰੋਂਦੀ ਤਾਂ ਸਾਰਿਆਂ ਦੇ ਮਨ ਖਰਾਬ ਹੁੰਦੇ ਜਦੋਂ ਤੂੰ ਰੋਂਦੀ, ਕੋਈ ਨੀ ਆਹ ਕੁਛ ਕੁਛ ਹੀ ਰਿਹਾ ਕਰ, ਜੇ ਉਹਦੇ ਬਾਹਰ ਜਾਣਾ ਹੁੰਦਾ ਆਪਣੀ ਮੰਮੀ ਨੂੰ ਆਵਾਜ਼ ਮਾਰ ਦਿਆ, ਉਹਦੇ ਨਾਲ ਚੱਲ ਗਈ, ਠੀਕ ਆ, ਆਹ ਖੁਸ਼ ਰਿਹਾ ਕਰੋ, ਮੈਂ ਤਾਂ ਤੈਨੂੰ ਕਦੀ ਕੁਛ ਨਹੀਂ ਕਿਹਾ, ਮੰਮੀ ਤੇਰੀ ਨੂੰ ਕਦੀ ਕੁਛ ਨਹੀਂ ਕਿਹਾ, ਕੋਈ ਗੱਲ ਨਹੀਂ, ਅਤੇ ਮਨ ਨਹੀਂ ਛੱਡੀਦਾ ਹੁੰਦਾ, ਏਦਾਂ ਨਾ ਫਿਰ ਸਰੀਰ ਕਮਜ਼ੋਰ ਹੋ ਜੂਗਾ, ਏਦਾਂ ਜੇ ਤੂੰ ਬੈਠੀ ਰਹੀ, ਕੋਈ ਖਾਧਾ ਨਾ ਪੀਤਾ ਨਾ ਰੋਈ ਗਈ, ਉਹਦਾ ਕੀ ਫਾਇਦਾ, ਤੂੰ ਪੁੱਤ ਹੁਣ ਐਵੇਂ ਫਿਕਰ ਨਾ ਕਰਿਆ ਕਰ, ਮੈਂ ਹੁਣ ਜਾਂਦਾ ਵਾਂ, ਅਤੇ ਤੂੰ ਮਹਾਰਾਜ ਦਾ ਨਾਂ ਲਿਆ ਕਰ, ਦਵਾਈ ਤੇਰੀ ਚੱਲਣ ਡਈ ਆ, ਆਪਣੇ ਬਾਬਾ ਗੁਰੂ ਤੇਗ ਬਹਾਦਰ ਮੇਹਰ ਕਰੂਗਾ, ਤੇ ਤੂੰ ਆਰਾਮ ਕਰ ਲਾ, ਹੈਂ ਆਹ ਕੋਈ ਗੱਲ ਨਹੀਂ। ਇਹ ਗੱਲ ਨਾ ਦਾਦਾ ਜੀ ਦੀ ਠੀਕ ਹੈ ਕਿ ਰੱਬ ਦਾ ਨਾਂ ਲਵਾਂਗੀ ਨਾ ਉਹੀ ਕੰਮ ਆਉਣਾ ਵਾ, ਤੇ ਰੱਬ ਨੇ ਮੈਨੂੰ ਠੀਕ ਕਰਨਾ ਵਾ, ਚੱਲ ਮੈਨੂੰ ਠੀਕ ਨਾ ਵੀ ਕਰਨਗੇ ਤੇ ਮੇਰੀ ਮੰਮੀ ਜਿਹੜਾ ਇੰਨਾ ਰੋਂਦੇ ਰਹਿੰਦੇ ਆ ਉਹਨਾਂ ਦੀ ਤਾਂ ਸੁਣ ਗਈ ਨਾ।